صلی اللہ نبینا صلی اللہ محمد صلی اللہ شفیعنا صلی اللہ محمد کس کی مجال دم برے صفت رسول کی کرے جس پر خدا نے خود کہا صلی اللہ محمد صلی اللہ نبینا صلی اللہ محمد اعوذ باللہ من الشیطان الرجیم بسم اللہ الرحمن الرحیم میرے دوستو تو میرے سلامی پین پر آؤ اج تہنوں میں ایک ایسا وظیفہ دستے لگا تھوڑے نال جڑا تسی یعنی کہ تھوڑے کوئی جادو ٹونا کوئی کردا جادو ٹونا تھوڑے تے نہ اثر کرے تے نہ ہوئے اور دوستو میں تہنوں ایک چیز دس دوں پہلے اج کل تسی آن لائن میں دم وغیرہ کرنا جے کسی نے کوئی روحانی کوئی مسئلہ ہے تو مینوں تسی شام نو 5 بجے تو بعد رات 11 12 بجے تک تسی مینوں آن لائن فون کر سکدے ہو کسی قسم دا کوئی دم کرانا ہوئے ਲਾਹੌਰ 'ਚ ਨੇ ਲਾਹੌਰੋਂ ਬਾਹਰ ਕਿਸੇ ਪਾਕਿਸਤਾਨ 'ਚ ਨੇ ਪਾਕਿਸਤਾਨ 'ਚ ਕਿਸੇ ਸ਼ਹਿਰ 'ਚੋਂ ਬਾਹਰ ਨੇ ਜਿੱਥੇ ਵੀ ਤੁਸੀਂ ਮੈਨੂੰ ਰਾਬਤਾ ਕਰ ਸਕਦੇ ਹੋ ਅਤੇ ਇਨਸ਼ਾਅੱਲਾ ਤੁਹਾਨੂੰ ਮੈਂ ਦਮ ਵਗੈਰਾ ਕਰ ਦਾਂਗਾ ਅਤੇ ਇਨਸ਼ਾਅੱਲਾ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਰਾਬਤਾ ਕਰਕੇ ਦਮ ਕਰਾ ਸਕਦੇ ਹੋ ਸ਼ਾਮ ਨੂੰ 5 ਵਜੇ ਤੋਂ ਲੱਗ ਕੇ ਰਾਤ 11 ਵਜੇ ਤੀਕਰ ਤੁਸੀਂ ਜਦੋਂ ਵੀ ਤੁਹਾਡਾ ਕੋਈ ਮਸਲਾ ਮਿਸਾਲ ਹੈ ਤੁਸੀਂ ਮੈਨੂੰ ਰਾਬਤਾ ਕਰ ਸਕਦੇ ਹੋ ਹੋਰ ਬੱਚੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਐਤਲ ਕੁਰਸੀ ਇੱਕ ਐਸਾ ਪਾਵਰ ਵਾਲਾ ਅਮਲ ਹੈਗਾ ਜੇ ਐਸਾ ਪਾਵਰ ਵਾਲਾ ਅਮਲ ਹੈਗਾ ਜੇ ਇਹਨੂੰ ਤੁਸੀਂ ਸਿਰਫ 100 ਦਫਾ ਹਰ ਰੋਜ਼ ਪੜ੍ਹਨਾ ਬਸ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਇੱਕ ਮਿਸ਼ਨ ਬਣਾ ਲਓ ਵੀ ਇਹਨੂੰ 100 ਦਫਾ ਮੈਂ ਲਾਜ਼ਮਨ ਪੜ੍ਹਨਾ ਅਸਲ ਕੁਰਸੀ ਨੂੰ ਨਾ ਇਹਦਾ ਤੁਹਾਡੇ ਕੋਲ ਜਾਦੂ ਹੋਏਗਾ ਨਾ ਤੁਹਾਡੇ 'ਤੇ ਕੋਈ ਕੁਟੂਣਾ ਕਰੇਗਾ ਕੋਈ ਚੀਜ਼ ਤੁਹਾਡੇ ਅਸਰ ਨਹੀਂ ਕਰੇਗੀ ਇਹ ਯਾਦ ਕਰ ਲਓ ਇਹਨੂੰ ਤੁਸੀਂ ਸਿਰਫ 100 ਦਫਾ ਪੜ੍ਹਨਾ ਕਰਨਾ ਹੈ ਅਸਲ ਕੁਰਸੀ ਨੂੰ ਬਸ ਇਹਨੂੰ ਜਦੋਂ ਐਤਲ ਕੁਰਸੀ ਪੜ੍ਹਨੀ ਕਰਨੀ ਹੈ ਐਤਲ ਕੁਰਸੀ ਜਦੋਂ ਐਂਡ ਦੇ ਆਖਰੀ ਆਇਤ ਆਉਂਦੀ ਹੈ ਤੁਸੀਂ ਪੜ੍ਹਨਾ ਹਿਫਜ਼ੋ ਹੋਮਾ ਵਾਹਵਲ ਅਲੀਉਲ ਅਜ਼ੀਮ ਵਾਹਵਲ ਹਿਫਜ਼ੋ ਹੋਮਾ ਵਾਹਵਲ ਅਲੀਉਲ ਅਜ਼ੀਮ ਇਹਨੂੰ ਤੁਸੀਂ 3 ਦਫਾ ਪੜ੍ਹਨਾ ਕਰਨਾ ਜਦੋਂ ਐਤਲ ਕੁਰਸੀ ਖਤਮ ਹੋਵੇ ਹਰ ਦਫਾ ਉਸ ਤੋਂ ਬਾਅਦ ਇਹਨੂੰ 3 ਦਫਾ ਇਸ ਐਤ ਨੂੰ ਤਕਰਾਰ ਕਰਨਾ ਜੋ ਤੁਲਾਣਾ ਕਰਨਾ ਠੀਕ ਹੈ ਅਤੇ ਅੱਗੇ ਪਿੱਛੇ ਦਰੂਸ਼ਿਫ ਇੱਕ ਤਸਵੀ ਦਰੂਸ਼ਿਫ ਦੀ ਪਹਿਲੇ ਪੜ੍ਹਨੀ ਕਰਨੀ ਦੂਰੇ ਖਿਚੜੀ ਪੜ੍ਹ ਲਓ ਜਿਹੜਾ ਵੀ ਤੁਹਾਨੂੰ ਦਰੂਸ ਹੈ ਇੱਕ ਬਾਜ ਪੜ੍ਹਨੀ ਕਰਨੀ ਹੈ ਲਓ ਬੱਚੋ ਫਿਰ ਤੁਹਾਨੂੰ ਮੈਂ ਦੱਸ ਦਿੱਤਾ ਇਹਨੂੰ ਐਤਲ ਕੁਰਸੀ ਪੜ੍ਹੋ ਜੇ ਮਸਲਾ ਮਿਸਾਲ ਤੁਹਾਨੂੰ ਕਿਸੇ ਨੂੰ ਕੋਈ ਹੈ ਕੋਈ ਜਿੰਨਾ ਤੰਗ ਕਰਦਾ ਹੈ ਕਿਸੇ ਨੇ ਕੋਈ ਜਾਦੂ ਕੀਤਾ ਹੈ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਅਤੇ ਮੈਂ ਤੁਹਾਨੂੰ ਅੱਬਲ ਤੁਸੀਂ ਆਪ ਪੜ੍ਹੋਗੇ ਆਪ ਇਨਸ਼ਾਅੱਲਾ ਤੁਹਾਨੂੰ ਆਰਾਮ ਆ ਜਾਏਗਾ ਇਹਨੂੰ ਪੜ੍ਹ ਕੇ ਪਾਣੀ ਦਮ ਕਰਕੇ ਇਹਨੂੰ ਪੀਵੋ ਆਪਣੇ ਆਪ 'ਤੇ ਫੂਕ ਮਾਰੋ ਹੱਥ ਫੇਰ ਕੇ ਇਨਸ਼ਾਅੱਲਾ ਤਾਲਾ 2-3 ਦਿਨ ਕਰੋਗੇ ਇਨਸ਼ਾਅੱਲਾ ਤੁਹਾਨੂੰ ਆਰਾਮ ਆ ਜਾਏਗਾ ਅਤੇ ਅਗਰ ਤੁਸੀਂ ਮੇਰੇ ਨਾਲ ਰਾਬਤਾ ਕਰਕੇ ਕਰਾਉਣਾ ਚਾਹੁੰਦੇ ਹੋ ਦਮ ਵਗੈਰਾ ਤਾਂ ਤੁਸੀਂ ਔਨਲਾਈਨ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਅਤੇ ਮੈਂ ਇਨਸ਼ਾਅੱਲਾ ਤੁਹਾਡੀ ਖਿਦਮਤ ਹਾਜ਼ਰ ਹਾਂ ਲਓ ਫਿਰ ਬੱਚੋ ਇਹਨੂੰ ਤੁਸੀਂ ਹੁਣ ਪੜ੍ਹੋ ਅਤੇ ਬਾਬੇ ਆਬ ਨੂੰ ਫਿਰ ਯਾਦ ਕਰੋ ਇਨਸ਼ਾਅੱਲਾ ਤਾਲਾ ਨੂੰ ਜੇ ਯਾਦ ਕਰੋਗੇ ਤਾਂ ਫਿਰ ਅਸਲਾਮੁਅਲੈਕਮ ਔਰ ਇਸ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਲਾਇਕ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਜੀ